ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ PSL ਰੀਡਰ 5A ਦੇ ਵਿੱਚ ਕੰਮ ਕਰਾਂਗੇ ਅਤੇ ਲਾਸਟ ਟਾਈਮ ਅਸੀਂ ਲੈਸਨ ਨੰਬਰ 20 ਕੀਤਾ ਸੀ, ਅੱਜ ਅਸੀਂ ਲੈਸਨ ਨੰਬਰ 21 ਕਰਾਂਗੇ। ਸੋ ਤੁਸੀਂ ਆਪਣੀ ਬੁੱਕ ਲਿਆਓ ਅਤੇ 21 ਨੰਬਰ ਲੈਸਨ ਹੈ ਪੇਜ ਨੰਬਰ 73 ਅਤੇ 73 'ਤੇ। ਤੁਸੀਂ 100 ਤੱਕ ਕਾਊਂਟ ਵੀ ਸਿੱਖਣੀ ਹੈ, ਸੋ ਮੇਕ ਸ਼ੋਰ ਯੂਅਰ ਲਰਨਿੰਗ ਦੈਟ। ਸੋ ਇਹ ਹੈਗਾ ਲੈਸਨ ਅਬਾਊਟ ਪੱਗ ਦਾ ਇਤਿਹਾਸ, ਦਾ ਹਿਸਟਰੀ ਆਫ ਟਰਬਨ। ਅਤੇ ਇਹਦੇ ਵਿੱਚ ਅਸੀਂ ਗ੍ਰੈਮਰ ਦੀਆਂ ਇੱਕ ਦੋ ਗੱਲਾਂ ਸਿੱਖਾਂਗੇ, ਫਿਰ ਅਸੀਂ ਲੈਸਨ ਪੜ੍ਹਾਂਗੇ। ਅਤੇ ਲੈਸਨ ਦੇ ਵਿੱਚ ਕੁੱਲ ਆਈ ਥਿੰਕ 350 ਸ਼ਬਦ ਹੈਗੇ ਆ, ਸੋ ਇਟ ਵੋਂਟ ਬੀ ਅ ਵੈਰੀ ਲੋਂਗ ਲੈਸਨ। ਗ੍ਰਾਮਰ ਪੁਆਇੰਟ ਇੱਕ ਹੈਗਾ ਛੋਟਾ ਵੱਵਾ। ਸੋ ਪੰਜਾਬੀ ਦੇ ਵਿੱਚ ਤਿੰਨ ਅੱਖਰ ਛੋਟੇ ਲਿਖੇ ਜਾਂਦੇ ਨੇ, ਛੋਟਾ ਹਾਹਾ, ਛੋਟਾ ਰਾਰਾ ਅਤੇ ਛੋਟਾ ਬੱਬਾ। ਇਹ ਜਿਹੜੇ ਨੇ ਅੱਖਰ, ਇਹ ਕੰਜੰਕਟ ਵੀ ਕਹਿੰਦੇ ਆ ਇਹਨਾਂ ਨੂੰ, ਅਤੇ ਇਹਨਾਂ ਦੀ ਕੁਇਕ ਸਾਊਂਡ ਹੁੰਦੀ ਹੈ। ਫੋਰ ਐਗਜ਼ਾਮਪਲ, ਜੇ ਅਸੀਂ ਲਿਖੀਏ ਤੱਤਾ ਬੱਬਾ, ਇਹ ਹੋਏਗਾ ਤਵ ਤਵ, ਠੀਕ ਹੈ। ਅਤੇ ਜੇ ਅਸੀਂ ਲਿਖੀਏ ਤੱਤਾ ਅਤੇ ਥੱਲੇ ਵ ਤਵ, ਤਾਂ ਅਸੀਂ ਇਹਦੀ ਛੋਟੀ ਆਵਾਜ਼ ਬੋਲਾਂਗੇ ਤਵ, ਠੀਕ ਹੈ। ਜੇ ਅਸੀਂ ਲਿਖੀਏ ਸੱਸਾ ਵੱਵਾ ਦੁਲਾਵਾਂ, ਸਵੈ ਸਵੈ। ਜੇ ਅਸੀਂ ਲਿਖੀਏ ਸੱਸਾ ਛੋਟਾ ਵੱਵਾ ਅਤੇ ਦੁਲਾਵਾਂ ਸਵੈ ਸਵੈ, ਸੋ ਛੋਟੀ ਆਵਾਜ਼ ਹੁੰਦੀ ਹੈ, ਤਾਂ ਕਰਕੇ ਇਹਨਾਂ ਨੂੰ ਅਸੀਂ ਛੋਟਾ ਕਹਿੰਦੇ ਹਾਂ, ਠੀਕ ਹੈ। ਸਤਵ ਤਵ ਮੀਨ ਮਤਲਬ ਰੱਬ ਦਾ, ਠੀਕ ਹੈ। ਸਵੈ ਸਵੈ ਮੀਨਸ ਆਪਣਾ ਜਾਂ ਪਰਸਨਲ, ਸਵੈ ਅਭਿਮਾਨ, ਸਵੈ ਮਾਨ, ਸਵੈ ਰੱਖਿਆ, ਆਪਣੀ ਰਕਸ਼ਾ, ਆਪਣੀ ਸੇਫਟੀ। ਸਵੈ ਮਾਨ ਦਾ ਮਤਲਬ ਹੈ ਆਪਣੇ ਆਪ 'ਤੇ ਮਾਨ, ਪ੍ਰਾਈਡ ਇਨ ਸੈਲਫ, ਠੀਕ ਹੈ। ਸੋ ਇਹ ਵਾਲੇ ਜਿਹੜੇ ਅੱਖਰ ਨੇ, ਖਾਸ ਕਰਕੇ ਛੋਟਾ ਬੱਬਾ, ਯੂ ਪ੍ਰੋਬਲੀ ਵੋਂਟ ਯੂਜ ਟੂ ਮੱਚ ਆਫ ਇਟ ਇਨ ਪੰਜਾਬੀ ਰੀਡਿੰਗ ਔਰ ਰਾਈਟਿੰਗ, ਬਟ ਯੂ ਵਿਲ ਡੈਫੀਨੇਟਲੀ ਸੀ ਇਟ ਇਨ ਗੁਰਬਾਣੀ, ਐਸਪੈਸ਼ਲੀ ਇਨ ਗੁਰੂ ਗੋਬਿੰਦ ਸਿੰਘ ਜੀ'ਸ ਬਾਣੀ, ਠੀਕ ਹੈ। ਸੋ ਇਸ ਕਰਕੇ ਸਾਡੇ ਵਾਸਤੇ ਸਿੱਖਣਾ ਜ਼ਰੂਰੀ ਹੈ। ਨੰਬਰ 2 ਗ੍ਰਾਮਰ ਪੁਆਇੰਟ ਅਸੀਂ ਸਿੱਖਣਾ ਪਲੂਰਲ। ਤੁਸੀਂ ਆਲਰੇਡੀ ਨੋ ਕਿ ਇੱਕ ਕੁੜੀ ਦੋ ਕੁੜੀਆਂ, ਇੱਕ ਚੈਰੀ ਦੋ ਚੈਰੀਆਂ, ਰਾਈਟ। ਸੋ ਕਿਸ ਤਰ੍ਹਾਂ ਦੇ ਸ਼ਬਦ, ਇੱਕ ਮੁੰਡਾ ਦੋ ਮੁੰਡੇ, ਤਿੰਨੇ ਡਿਫਰੈਂਟ ਤਰ੍ਹਾਂ ਦੇ ਸ਼ਬਦ ਅਸੀਂ ਪਲੂਰਲ ਡਿਫਰੈਂਟ ਤਰ੍ਹਾਂ ਬਣਾਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਇੰਗਲਿਸ਼ ਦੇ ਵਿੱਚ ਵੀ ਮੈਨ ਬਿਕਮਸ ਮੈਨ, ਰਾਈਟ, ਚਾਈਲਡ ਬਿਕਮ ਚਿਲਡਰਨ, ਸੋ ਟੋਟਲੀ ਡਿਫਰੈਂਟ ਵਰਡ, ਬਟ ਬੋਇਜ਼ ਬੋਇਜ਼ ਯੂ ਐਡ ਐਨ ਐਸ, ਗਰਲ ਇਜ਼ ਗਰਲਸ, ਰਾਈਟ। ਸੋ ਇਸ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਰੂਲ ਹੈਗੇ ਨੇ ਜਿਹੜੇ ਅਸੀਂ ਫਾਲੋ ਕਰਦੇ ਹਾਂ ਗ੍ਰਾਮਰ ਦੇ। ਇੱਕ ਰੂਲ ਹੈਗਾ ਕਿ ਜਿਹੜੇ ਸ਼ਬਦ ਫੈਮਿਨਿਨ ਸ਼ਬਦ ਬਿਹਾਰੀ ਨਾਲ ਖਤਮ ਹੁੰਦੇ ਨੇ, ਉਹਨਾਂ ਦੇ ਪਿੱਛੇ ਆਣ ਲੱਗਦਾ, ਠੀਕ ਹੈ। ਸੋ ਇਹ ਸ਼ਬਦ ਹੈਗਾ ਕੁੜੀ ਕੁੜੀਆਂ, ਐੜੇ ਕੰਨਾਂ ਬਾਅਦ 'ਚ ਲਗਾ ਦਿੰਦੇ ਹਾਂ ਅਸੀਂ, ਦਾ ਵਰਡ ਡਜ਼ਨਟ ਚੇਂਜ, ਸੋ ਦੈਟਸ ਰੂਲ ਨੰਬਰ 1। ਸੋ ਇਹਦੇ 'ਚ ਸ਼ਬਦ ਆਏ ਨੇ ਜਿਹੜੇ ਤੁਸੀਂ ਇਸ ਪਾਠ ਦੇ ਵਿੱਚ ਸਿੱਖੋਗੇ, ਲੈਟਸ ਲਰਨ ਦੈਮ ਟੂ ਮੇਕ ਪਲੂਰਲਸ, ਠੀਕ ਹੈ। ਸੋ ਜ਼ਿੰਮੇਵਾਰੀ, ਵੀ ਵਿਲ ਐਡ ਆਂ ਐਟ ਦੀ ਐਂਡ, ਜ਼ਿੰਮੇਵਾਰੀਆਂ, ਦ ਰਿਸਪੋਂਸੀਬਿਲਿਟੀਜ਼। ਪਾਈ ਪਾਈਆਂ, ਮੈਂ ਚੂੜੀਆਂ ਪਾਈਆਂ, ਇੱਕ ਕੁੜੀ ਇੱਕ ਚੂੜੀ ਪਾਈ, ਕੁਝ ਚੂੜੀਆਂ ਪਾਈਆਂ। ਸੰਭਾਲਣੀ ਮੀਨਸ ਟੂ ਟੇਕ ਕੇਅਰ, ਸੰਭਾਲਣੀਆਂ, ਮੈਨੂੰ ਬਹੁਤ ਚੀਜ਼ਾਂ ਸੰਭਾਲਣੀਆਂ ਪੈਂਦੀਆਂ ਨੇ। ਤਿਆਰੀ ਤਿਆਰੀਆਂ, ਆਓ ਆਪਾਂ ਬਾਹਰ ਜਾਣ ਦੀਆਂ ਤਿਆਰੀਆਂ ਕਰੀਏ, ਤਿਆਰੀ ਕਰੀਏ, ਤਿਆਰੀਆਂ ਕਰੀਏ, ਸੇਮ ਥਿੰਗ, ਰਾਈਟ। ਜਾਂਦੀ ਜਾਂਦੀਆਂ, ਕੁੜੀ ਬਾਹਰ ਜਾਂਦੀ ਹੈ, ਕੁੜੀਆਂ ਜਾਂਦੀਆਂ ਹਨ। ਵੱਡੀ ਵੱਡੀਆਂ, ਓਕੇ। ਰਹੀ ਰਹੀਆਂ ਮੀਨਸ ਇੰਗ ING, ਰਹੀਆਂ, ਕਰ ਰਹੀਆਂ, ਰਾਈਟ। ਤਿੱਖੀ ਤਿੱਖੀਆਂ। ਉੱਨੀ, ਨਾ ਉੱਨੀ ਇਜ਼ ਅ ਨੰਬਰ, ਉੱਨੀ ਨੰਬਰ ਹੈਗਾ, ਅਤੇ ਉੱਨੀ ਨੂੰ ਤੁਸੀਂ ਉੱਨੀਆਂ ਯੂਸ਼ਲੀ ਨਹੀਂ ਕਹੋਗੇ, ਪਰ ਕਈ ਕਾਨਸੈਪਟਸ ਵਿੱਚ ਕਈ ਕਹੋਗੇ, ਜਿਸ ਕਹੋਗੇ ਉੱਨੀਆਂ ਸਾਲਾਂ ਦੀ ਕੁੜੀ ਕਾਲਜ ਗਈ, ਰਾਈਟ। ਸੋ ਸਮ ਟਾਈਮ ਯੂ ਵਿਲ ਸਪੀਕ ਉੱਨੀਆਂ, ਬਟ ਨਾਟ ਵੈਰੀ ਆਫਟਨ। ਕੀਤੀ ਕੀਤੀਆਂ, ਓਕੇ। ਦੈਨ ਕੁਝ ਸ਼ਬਦ ਨੇ ਫੈਮਿਨਨ ਸ਼ਬਦ ਜਿਹੜੇ ਮੁਕਤਾ ਵਿੱਚ ਖਤਮ ਹੁੰਦੇ ਨੇ, ਲੱਤ, ਰਾਈਟ। ਉਹਨੂੰ ਅਸੀਂ ਪਿੱਛੇ ਸਿਰਫ ਕੰਨਾਂ 'ਤੇ ਬਿੰਦੀ ਲਾਉਣੀ ਹੈ, ਦੈਟਸ ਇਟ, ਰਾਈਟ। ਜਿਵੇਂ ਦਾਤ ਦਾਤਾਂ, ਕਿਸਮ ਕਿਸਮਾਂ, ਪੱਗ ਪੱਗਾਂ, ਸ਼ਾਨ ਸ਼ਾਨਾਂ, ਕਤਾਰ ਕਤਾਰਾਂ, ਕਤਾਰ ਇਜ਼ ਏ ਲਾਈਨ, ਓਕੇ। ਸ਼ਾਨ ਮੀਨਸ ਗਲੋਰੀ, ਸ਼ਾਨਾ। ਪੱਗ ਇਜ਼ ਯੂ ਨੋ, ਕਿਸਮਾਂ ਮੀਨਸ ਟਾਈਪਸ ਔਰ ਕਾਈਂਡਸ, ਕਿਸਮਾਂ,
दात इज ब्लैसिंग फ्रॉम वाहगुरु. ठीक है, सो ए तुसी इन्हां दे प्लूरल बनाने ने. सो ए शब्द असी जिहड़े हुणे पढ़े ने सारे ही ऑलमोस्ट अपने लैसन दे विच आणगे. सो इट्स गुड दैट यू नो दैम हाउ यू राइट दैम एंड वट दे मीन. ठीक है, पग दस्तार दा इतिहास पहले तुसी मैनू सुनोगे, फिर तुसी आप पढ़ के ते इन्हां दे आंसर करोगे. ठीक है, दस्तार शब्द फारसी दे शब्द दुलबंद तों बनिया हो सकदा है, ते जे जां पग शब्द संस्कृत बोली दे शब्द पक तों बनिया हो सकदा है. पक दा मतलब है पक जाना, मैच्योर हो जाना, वड्डे हो जाना, सियाने हो जाना. पग सियाणप दी वी निशानी है. पग सिखां लई धर्म पहचान अते स्वैमान दा चिन्ह है. बहुत चिरां तों मीन्स फॉर ए वेरी लोंग टाइम since long बौद्ध ਧਰਮਾਂ ਦੇ ਆਗੂ means leader ਪੱਗ ਬੰਨਦੇ ਰਹੇ ਹਨ. ਯਹੂਦੀ ਧਰਮ ਦੇ ਵਡੇਰੇ means elders ਪੱਗ ਬੰਨਦੇ ਸਨ. ਰਾਜੇ ਮਹਾਰਾਜੇ ਵੀ ਪੱਗਾਂ ਬੰਨਦੇ ਰਹੇ ਹਨ. ਅਫਰੀਕਾ, ਅਰਬ ਦੇਸ਼ਾਂ ਅਤੇ ਚੀਨ ਵਿੱਚ ਵੀ ਪੱਗ ਬੰਨੀ ਜਾਂਦੀ ਰਹੀ ਹੈ. ਸੋ ਆਲ ਦਾ ਕੰਟਰੀਜ਼ ਯੂਜ਼ ਟੂ ਹੈਵ ਏ ਪੱਗ ਐਜ਼ ਏ ਡਿਸਟਿੰਕਸ਼ਨ, ਐਜ਼ ਏ ਸਾਈਨ ਆਫ ਰਿਸਪੈਕਟ. 400 ਸਾਲ ਪਹਿਲਾਂ ਗੁਰੂ ਹਰਗੋਬਿੰਦ ਜੀ ਦੇ ਸਮੇਂ ਪੱਗ ਬੰਨਣ ਦਾ ਹੱਕ ਸਿਰਫ ਮੁਗਲ ਰਾਜਿਆਂ ਅਤੇ ਵੱਡੇ ਅਫਸਰਾਂ ਨੂੰ ਸੀ ਜਿੰਨਾ ਵੱਡਾ ਅਹੁਦਾ ਉਨੀ ਵੱਡੀ ਪੱਗ. ਗੁਰੂ ਜੀ ਦੇ ਸਿੱਖਾਂ ਨੇ ਵੀ ਪੱਗ ਬੰਨਣੀ ਸ਼ੁਰੂ ਕੀਤੀ ਅਤੇ ਆਪਣੇ ਆਪ ਨੂੰ ਰਾਜਿਆਂ ਦੇ ਬਰਾਬਰ ਸਮਝਣ ਲੱਗੇ. ਸੋ ਸਿੱਖਸ ਹੈਵ ਆਲਵੇਜ਼ ਫੈਲਟ ਕਾਇੰਡ ਆਫ ਦੇਅਰ ਰੋਇਲ ਪੀਪਲ ਐਂਡ ਦੇ ਆਰ. ਪੱਗ ਜ਼ਿੰਮੇਵਾਰ ਹੋਣ ਦੀ ਨਿਸ਼ਾਨੀ ਹੈ, ਮੀਨ ਬੀਂਗ ਰਿਸਪੋਂਸੀਬਲ. ਜਦ ਕਿਸੇ ਘਰ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਦੇ ਵੱਡੇ ਲੜਕੇ ਨੂੰ ਪਰਿਵਾਰ ਪੱਗ ਦਿੰਦੇ ਹਨ. ਇਸ ਦਾ ਮਤਲਬ ਹੈ ਕਿ ਹੁਣ ਉਹ ਜ਼ਿੰਮੇਵਾਰ ਹੋ ਗਿਆ ਹੈ. ਸੋ ਦ ਐਲਡਰ ਸਨ ਗੈਟਸ ਏ ਟਰਬਨ ਵੈਨ ਫਾਦਰ ਡਾਈਸ, ਟੈਲਿੰਗ ਨਾਓ ਯੂ ਰੈਪਰਜੈਂਟ ਦ ਫੈਮਿਲੀ, ਯੂ ਰੈਪਰਜੈਂਟ ਦ ਫਾਦਰ ਇਨ ਦਾ ਹਾਊਸ, ਯੂ ਆਰ ਰਿਸਪੋਂਸੀਬਲ. ਹੁਣ ਨੇ ਉਸਨੇ ਆਪਣੇ ਪਿਤਾ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ. 1699 ਈਸਵੀ ਦੀ ਵਿਸਾਖੀ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਪੱਗ ਦੀ ਦਾਤ ਦਿੱਤੀ. ਉਹਨਾਂ ਨੇ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਸਿੱਖਾਂ ਨੂੰ ਦੇ ਦਿੱਤੀ ਕਿ ਉਹਨਾਂ ਨੇ ਸਭ ਦੀ ਰੱਖਿਆ ਕਰਨੀ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਵੀ ਹੈ. ਲੋਕ ਬਹੁਤ ਰੰਗਾਂ ਅਤੇ ਕਿਸਮਾਂ ਦੀਆਂ ਪੱਗ ਬੰਨਦੇ ਹਨ. ਕਈ ਲੋਕ ਤਿੱਖੀ ਪੱਗ ਬੰਨਦੇ ਹਨ, ਕਈ ਗੋਲ, ਕਈ ਛੋਟੀ, ਕਈ ਵੱਡੀ, ਕਈ ਨੀਲੀ, ਕੋਈ ਚਿੱਟੀ ਅਤੇ ਕਈ ਪਟਿਆਲਾ ਸ਼ਾਹੀ ਪੱਗ ਬੰਨਦੇ ਹਨ, ਜੋ ਕਿ ਪਟਿਆਲੇ ਦੇ ਮਹਾਰਾਜੇ ਦਾ ਸਟਾਈਲ ਹੈ. ਸਭ ਤੋਂ ਵੱਡੀ ਪੱਗ ਨਿਹੰਗ ਸਿੰਘ ਬੰਨਦੇ ਹਨ. ਉਹ ਆਪਣੀ ਪੱਗ ਦੀ ਸ਼ਾਨ ਨੂੰ ਕਈ ਤਰ੍ਹਾਂ ਦੇ ਸ਼ਸਤਰ ਲਾ ਕੇ ਹੋਰ ਵੀ ਵਧਾ ਦਿੰਦੇ ਹਨ. ਬਹੁਤ ਸਾਰੇ ਖੰਡੇ, ਚੱਕਰ ਅਤੇ ਕਟਾਰਾਂ ਪੱਗ ਵਿੱਚ ਦੇਖੀਆਂ ਜਾ ਸਕਦੀਆਂ ਹਨ. ਹੁਣ ਦੁਨੀਆਂ ਵਿੱਚ ਪੱਗ ਬੰਨਣ ਵਾਲੇ ਲੋਕ ਜ਼ਿਆਦਾ ਕਰਕੇ ਸਿੱਖ ਹੀ ਹਨ. ਅਮਰੀਕਾ ਵਿੱਚ ਤਾਂ ਸਾਰੇ ਪੱਗ ਬੰਨਣ ਵਾਲੇ ਲੋਕ ਸਿੱਖ ਹੀ ਹਨ. ਸਿੱਖੀ ਵਿੱਚ ਪੱਗ ਬੰਨਣ ਨੂੰ ਦਸਤਾਰ ਸਜਾਉਣਾ ਵੀ ਕਹਿੰਦੇ ਹਨ. ਸੋ ਇਸ ਪਾਠ ਦੇ ਵਿੱਚ 347 ਸ਼ਬਦ ਸੀ ਆਲ ਟੁਗੈਦਰ, ਅਤੇ ਤੁਸੀਂ ਲੈਵਲ 5 ਵਿੱਚ ਹੈਗੇ ਹੋ. ਤੁਹਾਨੂੰ 50 ਸ਼ਬਦ ਤੁਸੀਂ ਜ਼ਰੂਰ ਪੜ੍ਹਨੇ ਨੇ, ਅਤੇ ਤੁਸੀਂ ਇਹਨੂੰ ਦੁਬਾਰਾ ਪੜ੍ਹ ਕੇ ਕੋਸ਼ਿਸ਼ ਕਰਨਾ ਕਿ ਤੁਸੀਂ ਇਹਨੂੰ ਐਟਲੀਸਟ ਵੱਧ ਤੋਂ ਵੱਧ 7 ਮਿੰਟਾਂ ਵਿੱਚ ਪੜ੍ਹ ਸਕੋ ਜਾਂ 7 ਮਿੰਟਾਂ ਤੋਂ ਘੱਟ ਦੇ ਵਿੱਚ ਪੜ੍ਹ ਸਕੋ. ਸੋ ਇਹ ਹੈਗੀ ਵੱਡੀ ਪੱਗ, ਨਿਹੰਗ ਸਿੰਘ ਦੀ ਪੱਗ, ਪਟਿਆਲਾ ਸ਼ਾਹੀ ਪੱਗ, ਟੇਢੀ ਪੱਗ ਅਤੇ ਤਿੱਖੀ ਪੱਗ. ਟੇਢੀ ਪੱਗ ਅਤੇ ਤਿੱਖੀ ਪੱਗ ਤੁਸੀਂ ਗਾਣਿਆਂ ਦੇ ਵਿੱਚ ਵੀ ਕਈ ਵਾਰੀ ਸੁਣਦੇ ਹੋ. ਠੀਕ ਹੈ, ਘਰ ਦਾ ਕੰਮ, ਪੱਗ ਦਸਤਾਰ ਦਾ ਇਤਿਹਾਸ, ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਅਤੇ ਤੁਸੀਂ ਪ੍ਰਸ਼ਨਾਂ ਦੇ ਵਿੱਚੋਂ ਸ਼ਬਦ ਲੈ ਕੇ ਆਂਸਰ ਦੇ ਵਿੱਚ ਯੂਜ਼ ਕਰ ਸਕਦੇ ਹੋ. ਪੱਗ ਸ਼ਬਦ ਕਿੱਥੋਂ ਆਇਆ ਹੈ, 2 ਐਗਜ਼ਾਮਪਲਸ ਅਸੀਂ ਪੜ੍ਹੀਆਂ ਸੀ, ਉਹ ਤੁਸੀਂ ਪਾਠ ਦੇ ਸ਼ੁਰੂ 'ਤੇ ਜਾ ਕੇ ਅਤੇ ਤੁਸੀਂ ਫੇਰ ਆਂਸਰ ਲਿਖਣਾ. ਠੀਕ ਹੈ, 400 ਸਾਲ ਪਹਿਲਾਂ ਪੱਗ ਪਾਉਣ ਦਾ ਹੱਕ ਕਿਸ ਨੂੰ ਸੀ? ਅਗੇਨ ਗੋ ਬੈਕ ਇਨ ਟੂ ਦ ਲੈਸਨ ਐਂਡ ਯੂ ਵਿਲ ਨੋ ਦੀ ਆਂਸਰ. ਅਮਰੀਕਾ ਵਿੱਚ ਪੱਗ ਕੌਣ ਪੱਗ ਬੰਨਦੇ ਹਨ? ਯੂ ਨੋ ਹੂ ਆਰ ਦ ਓਨਲੀ ਪੀਪਲ ਹੂ ਟਾਈ ਪੱਗ ਇਨ ਅਮਰੀਕਾ. ਘਰ ਦੇ ਅਮਰੀਕਾ ਕਹਿੰਦੇ ਹਾਂ ਅਸੀਂ ਪੰਜਾਬੀ 'ਚ ਅਮੈਰੀਕਾ ਨੂੰ, ਰਾਈਟ? ਘਰ ਦੇ ਵੱਡੇ ਲੜਕੇ ਨੂੰ ਪੱਗ ਦੇਣ ਦਾ ਕੀ ਮਤਲਬ ਹੈ? ਵਾਈ ਡਜ਼ ਹੀ ਗੈਟ ਪੱਗ, ਰਾਈਟ? ਯੂ ਨੋ ਦੈਟ.
ਸੋ ਇਹਦੇ ਵਿੱਚ ਤੁਸੀਂ ਇਹ ਵਾਲੇ ਪਾਰਟ ਪੜੋਗੇ, ਇਹ ਵਾਲੇ ਪਾਰਟ ਪੜੋਗੇ ਤੇ ਇਹਨਾਂ ਨੂੰ ਕਨੈਕਟ ਕਰਕੇ ਤੁਸੀਂ ਕੰਪਲੀਟ ਸੈਂਟੈਂਸ ਬਣਾਓਗੇ। ਫਿਰ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਇਹ ਵਾਲੇ ਜਦੋਂ ਵਾਕ ਪੜ੍ਹਦੇ ਹੋ, ਇੱਕ ਵਾਕ ਪੜ੍ਹਦੇ ਹੋ, ਤੁਹਾਨੂੰ ਇਹ ਸਾਰੇ ਪੜ੍ਹਨੇ ਪੈਣਗੇ ਟੂ ਫਾਈਂਡ ਵਟਸ ਦਾ ਰਾਈਟ ਆਂਸਰ। ਸੋ ਦੈਟਸ ਗਿਵਿੰਗ ਯੂ ਰੀਡਿੰਗ ਪ੍ਰੈਕਟਿਸ। ਜਦੋਂ ਤੁਸੀਂ ਇਹ ਪੂਰੇ ਸੈਂਟੈਂਸ ਕਾਪੀ ਕਰੋਗੇ, ਦੈਟ ਗਿਵਸ ਯੂ ਰਾਈਟਿੰਗ ਪ੍ਰੈਕਟਿਸ। ਠੀਕ ਹੈ, ਸੋ ਇਟਸ ਅ ਵੈਰੀ ਗੁੱਡ ਗੁੱਡ ਐਕਟੀਵਿਟੀ ਟੂ ਡੂ। ਦਸਤਾਰ ਸ਼ਬਦ ਫਾਰਸੀ ਦੇ ਸ਼ਬਦ, ਪੱਗਾਂ ਪਾਉਂਦੇ ਰਹੇ ਹਨ, ਦੁਲੰਬ ਤੋਂ ਬਣਿਆ, ਰਾਈਟ? ਸੋ ਵੀ ਨੋ ਦਿਸ ਇਜ਼ ਅ ਰਾਈਟ ਆਂਸਰ, ਸੋ ਵੀ ਕੈਨ ਕਨੈਕਟ ਇਟ ਐਂਡ ਦੈਨ ਵਿਲ ਰਾਈਟ ਦਿਸ ਕੰਪਲੀਟ ਸੈਂਟੈਂਸ ਓਵਰ ਹੀਅਰ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਸਾਰੇ ਪੜ੍ਹ ਕੇ ਇਹਨਾਂ ਦੇ ਕੰਪਲੀਟ ਸੈਂਟੈਂਸ ਬਣਾਓਗੇ ਤੇ ਲਿਖੋਗੇ। ਠੀਕ ਹੈ, ਸੋ ਨੈਕਸਟ ਵੀਕ ਤੁਹਾਡਾ ਸਪੈਲਿੰਗ ਟੈਸਟ ਹੋਏਗਾ, ਨੈਕਸਟ ਵੀਕ ਅਸੀਂ ਨੈਕਸਟ ਲੈਸਨ ਕਰਾਂਗੇ। ਸੋ ਥੈਂਕ ਯੂ ਸੋ ਮਚ ਫਾਰ ਵਰਕਿੰਗ ਵਿਦ ਮੀ। ਆਈ ਹੋਪ ਯੂ ਵਿਲ ਕੀਪ ਔਨ ਵਰਕਿੰਗ ਐਵਰੀ ਡੇ ਔਨ ਪੰਜਾਬੀ ਫਾਰ ਐਟਲੀਸਟ 7-8 ਮਿੰਟਸ ਅ ਡੇ। ਰੀਡ ਦਾ ਲੈਸਨ as fluently as you can. To see speed banani hai ki todi at least 50 words per minute speed banni chahidi hai. English di todi speed 150 words per minute hegi hai at least. Punjabi ch vi assi eh rawanagi banani hai te will be so proud of you and you'll be so proud of yourself when you do that. Vaheguru ji ka khalsa, Vaheguru ji ki fateh.